ਸਹੀ ਹਥਿਆਰ ਚਾਵੇ ਲੜਨ ਵਾਸਤੇ ਖੜਿਆ ਹੈ। ਇੱਕ ਹਰ ਸ਼ਖਸੀਅਤ ਜਾਣਦੀ ਹੈ ਪਾਕਿਸਤਾਨ ਦਾ ਨਾਮਵਰ ਪਹਿਲਵਾਨ ਉਸਮਾਨ ਪਹਿਲਵਾਨ ਜੈਮ ਪੈਰੇਟੋਬਾ ਟੇਕ ਸਿੰਘ ਹਾਏ ਹਾਏ ਨਾ ਕਿ ਨੋਠਰ ਦੇ ਪਾਕਿਸਤਾਨ ਦਾ ਨਾਮਵਰ ਪਹਿਲਵਾਨ ਪੱਠਾ ਉਸਤਾਦ ਤਾਰੀ ਪਹਿਲਵਾਨ ਇੱਕ ਵਕਤ ਅਕਬਰ ਪਹਿਲਵਾਨ ਰੁਸਤਮ ਖਾਨ ਕੋ ਕਟੋਰਿਆ ਵਾਲਾ ਪੱਠਾ ਮੁੰਡੂ ਖਾਨ ਗੁਰਬਾਣੀ ਜਿਹੜਾ ਸ਼ਰਾਬੇ ਵੱਡਾ ਮੇਲਾ ਕਰੇ ਨੇ ਜਿਹੜਾ ਸੱਜਮ ਨੇ ਜਿਹੜਾ ਮੇਰੇ ਦੇ ਠਰਦਾ ਬੈਠੇ ਵੱਲਾ ਬਿੱਲਾ ਵੱਲਾ ਬਿੱਲਾ ਤੇਰਾ ਕੋਲ ਇਤਨੀ ਤਾਕਤ ਦੇ ਵੇ ਇੱਕ ਮੇਰੇ ਦੀ ਤਾਰੀ ਤਾਂ ਮਾਰੋ ਤਾਂ ਜ਼ਮੀਨ ਹੱਲੇ ਕਿਆ ਹੁਕਮ ਸੇ ਮੋਸਲ ਸਿਆਲ ਆਮਿਰ ਬਾਬਾ ਆਖਰ ਕਹਿਣਾ ਸਾਈ ਸ਼ਫੀ ਕੁਸ਼ਤੀ ਹਲਾ ਮੇਰੇ ਸ਼ੇਰ ਆਵਾਮ ਆਦੀ ਪੀ ਜੰਗ ਮੈਂ ਪੱਠੇ ਠਾਡ ਵਾ ਨਸੀਬ ਨਾਉਂ ਦੇ ਗੁਦਾਮ ਅਜ ਨਹੀਂ ਖੁੱਲਦੀ ਮੱਲਣ ਨੇ ਮੱਲਣ ਨੇ ਉਡੇ ਦੇਖੋ ਉਡੇ ਦੇਖੋ 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 ਡੋਬਿਆ ਦਾ ਅਕਬਰ ਪੈਰਵਾਨ ਹਾਏ 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 ਮਕਸੂਦ ਛੱਲਾ ਆਖੋ ਅੱਲਾ ਹੀ ਅੱਲਾ ਸਾਈਂ ਕੋਲ ਆ ਕੇ ਚਾਹ ਪੀਸੂ ਛੇੜਾ ਕਰੇ ਹੱਲੋ ਇਹ ਪੱਖਰ ਵਾਲੇ ਹੋ ਦੇ ਪੱਖਰ ਵਾਲੇ ਨੂੰ ਦਿਲ ਬਹਾਵਲਪੁਰ ਵਾਲੇ ਨੂੰ ਲਿਖਾਏ ਦਿਲ ਬਰ ਹੱਲੋ ਵੱਲਾ ਬੀਲਾ ਪਾਕਿਸਤਾਨ ਦੇ ਵੱਡੇ ਜਵਾਨ ਦੇ ਗਏ ਆਵਾਮ ਕੋ ਆਪ ਖੁਸ਼ ਕਰੋ ਢਾਡਵਾ ਕਰੋ ਕੁਸ਼ਤੀਆਂ ਦਾ ਯਾਰ ਮਹਿਮਾਨਾਂ ਕੋਲ ਤਵੱਜੋ ਮਹਿਮਾਨ ਨੀ ਤੁਹਾਡੇ ਸਰਬਰਾ ਸਾਡੇ ਮੇਲੇ ਦੇ ਵੰਜੋ ਲੰਗਰ ਪਾਣੀ ਖਿਲੋ ਦਰਬਾਰ ਦਾ ਫਲਕ ਸ਼ੇਰ ਮੋਸਨ ਸਿਆਲ ਸ਼ਰਮ ਕੀਆ ਹਾਂ ਮੈਂ ਕੁਆਦਤ ਪੜਵਾਓ ਮੈਂ ਬੁੱਢਾ ਸਾਹਿਬ ਕਰ ਮੇਰਾ ਬੁੱਢਾ ਸਾਹਿਬ ਇਹ ਤੁਹਾਡਾ ਆਵਣ ਦਾ ਬੜਾ ਬੜਾ ਸ਼ੁਕਰੀਆ ਸਾਈ ਇਹ ਬਾਲ ਦੇ ਹਿੱਕ ਤੇ ਦੁਆ ਕਰੇ ਸੋ ਜਿਹੜਾ ਤਾਵਣ ਥੀ ਵੇ ਨਾਲੋਂ ਘਰ ਛੋੜੋ ਤੁਹਾਡੇ ਤਾਵਣ ਨਾਲ ਖਾਜਾ ਸਾਹਿਬ ਸਲਾਮ ਥੀ ਗਿਆ ਸਾਈ ਸਾਰਿਆਂ ਨੂੰ ਇਹ ਬਾਲ ਨੇ ਤੁਹਾਡੇ ਹਾਜ਼ਰ ਆਪਣਾ ਗੁਲਾਮ ਸ਼ਰਵਰ ਦੇ ਬਾਲ ਨੇ ਤੁਹਾਨੂੰ ਉੱਥੇ ਜਾਣ ਦੇ ਵਾਪਸ ਹੀ ਆਏ ਬੈਠੇ ਨੇ ਉਹਨੇ ਉਹ ਮੇਰਾ ਯਾਰ ਹੈ ਨਾ ਪੀਰ ਸਾਹਿਬ ਆਪਣਾ ਖਾਜਾ ਸਾਹਿਬ ਕੋਲ ਬੜੀ ਮਿਹਰਬਾਨੀ ਸਾਈ ਬੜੀ ਮਿਹਰਬਾਨੀ ਇਹ ਕਤਰੇ ਦਿਲਬਰ ਅਲੀ ਹੋਰ ਵੱਲ ਕਸਮ ਤੇ ਚਵਾਇਆ ਕੁਸ਼ਤੀ ਦੀ ਹਾਂ ਹੋਰ ਕਈ ਬਰਾਬਰ ਮੈਂ ਹੁਣ ਕਸਮ ਆਪ ਕੇ ਲੱਗ ਗਿਆ ਸ਼ਾਹੀ ਗੁਨਾਮ ਦੇ ਸੋ ਦਿਲਬਰ ਕੋ ਵੀ ਤਾਂ ਬੈਠ ਇੱਥੇ ਕਿਵੇਂ ਪਾਤੇ ਇਹ 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 ਕੁੰਨੀ ਬਣ ਗਈ ਕੁੰਨੀ ਚਲਾਹੇ ਚਲਾਹੇ ਠੀਕ ਹੈ ਸਾਈਂ ਹੋਰੀ ਵੇਲੇ ਪੈਰ ਸਾਈਂ ਅੱਲਾ ਟੋਬ ਜਾਣਾ ਪੁੱਠੀ ਦਾ ਖਿਆਲ ਰੱਖੇ ਆਪਣਾ ਲਾੜ ਡੂੰਗਾ ਸੁਣ ਕੇ ਲੋ ਲਾਜ ਦਾ ਸੁਣੋ ਇੱਕ ਕੁਸ਼ਤੀ ਦੀ ਅਸਾਂ ਕਸਮ ਬਾਹਰ ਛੋੜੀ ਮੀਆਂ ਆਇਆ ਲੱਗੀ ਵਾਲਿਆਂ ਦੀ ਲਾਜ ਰੱਖੇ ਤੂੰ ਸਾਜੀ ਮੇਲੇ ਮਾਲੇ ਜਾਣ ਮੇਰਾ ਕੰਮ ਠਾਹ ਰੱਖ ਆਇਆ ਖੜੇ ਮੀਆਂ ਸਲੀਮ ਮੇਰਾ ਫਿਰਾ
छेड़ा नहीं चाचे अस लड़ते भी हाँ लड़ने भी खाने आए सारी इत खुशियत देवे जिंदगी देवे हल हल हमीद पहलवान पट चैंपियन गुजरावाला पट्ठा इनाम पहलवान उस समय पाकिस्तान नौवीं तेरी आवाज होगी छल्ले नाल नौवीं पहलवान बधा बधा मेहरबानी करे सो साडे आए मेहमान हो साडी दिल दुआ है जिवें खैर ना लायो खैर ना अपने मकाम ते पहुंचो पेड़ ना बने सो रिवाज बन गए जिले आखिरी कुश्ती होती ना 60,000 वाली तुसा उठी के पेड़ च आवे देवे मालिक परेशान थी कर दे बड़ी मेहरबानी है मुलाजिम खान का कुश्ती जरा दिखाए टोपी आने अकबर की किवें हल्के पैर मेरी पल्ले दे नाल के फर फुटा वाली मारा दा शायरा दा टाकरा गंगा ते अली लाड़ मतमक मुका च करन साने मैदान च ए शाह दा मेला मैं मनवा दिते मैं के कही दा आखा ना मान ये दो बंदे बस शेख ते बहात मेला च गिनने ते 4-5 लाख ला जाऊं के मैं हाजिर हां ਸਾਡੀ ਦੁਆ ਹੈ ਅੱਲਾ ਸਾਡੀ ਖੁਸ਼ੀਅਤ ਦੇਵੇ ਸਾਡੇ ਸ਼ਹਿਜ਼ਾਦ ਮਕਬੂਲ ਭੁੱਟਾ ਸਾਹਿਬ ਖਾਜਾ ਨੂਰ ਮੁਸਤਫਾ ਸਾਹਿਬ ਇਹ ਤਮਾਮ ਦੋਸਤ ਜਿਹੜੇ ਸਾਡੇ ਮਹਿਮਾਨ ਆਏ ਉਹਨਾਂ ਦੇ ਆਉਣ ਦਾ ਸ਼ੁਕਰੀਆ ਅਦਾ ਕਰਨੇ ਆਏ ਖਾਸ ਤੌਰ ਮੀਆਂ ਨਾਦਰ ਪੜਿਆਰ ਮੀਆਂ ਨਾਸ਼ਰ ਤੇ ਮੀਆਂ ਸਲੀਮ ਬਾਬਾ ਨਾਨਕ ਸ਼ਾਹ ਜਿਹੜੇ ਹਰ ਮੈਦਾਨ ਸਾਡੇ ਨਾਲ ਤਾਵਨ ਕਰੇ ਉਹਨਾਂ ਦਾ ਹੁਣ ਵੀ ਤਾਵਨ ਹੈ ਤੇ ਮੇਰੀ ਦਿੱਲੀ ਦੁਆ ਹੈ ਅੱਲਾ ਖੁਸ਼ੀਅਤ ਤੇ ਜ਼ਿੰਦਗੀ देखो कुश्ती मुकदी पई है देखो देखो बालकाओं ये कुश्ती छुड़वाओ चाहे एक पत्ता है तुसानी ये ठाल हुआ करे दे और एक हल्दे पे ना कोई नहीं अकबर कोई नहीं तेरे घर का पेड़े हम इन्हें चमकाओ कुश्ती या तुसा।